ਏਡੀਸੀ ਸਾਹਿਬ, ਕਾਵਾਂ ਵਾਲੀ ਦੇ ਵਿੱਚ ਨਾ ਸੜਕ ਮਨਜ਼ੂਰ ਕਰਵਾਈ ਸੀ ਕੜਵੰਜੇ ਵਾਲੀ। ਮੈਨੂੰ ਹੁਣ ਇੱਥੋਂ ਦੇ ਆਪਣੇ ਸਾਰੇ ਬੰਦੇ ਲੈ ਕੇ ਆਏ ਨੇ ਅਤੇ ਇੱਟਾਂ ਬਹੁਤ ਮਾੜੀਆਂ ਕਹਿੰਦੇ ਲਾ ਰਹੇ ਨੇ। ਮੈਂ ਆ ਕੇ ਚੈੱਕ ਕੀਤਾ, ਵਾਕਈ ਮਾੜੀਆਂ ਨੇ। ਹਾਂਜੀ, ਕਾਵਾਂ ਵਾਲੀ ਦੇ ਵਿੱਚ ਐਂ ਕਰਿਓ, ਇਹ ਜਿਹੜਾ ਤੁਹਾਡੇ ਥੱਲੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ, ਜਿਹੜੇ ਇੱਥੇ ਚੈੱਕ ਕਰਦੇ ਨੇ ਮੌਕੇ 'ਤੇ ਆ ਕੇ, ਇਹਨੂੰ ਇੱਕ ਦਿਨ ਕਰੋ ਸਸਪੈਂਡ। ਠੀਕ ਹੈ, ਸਸਪੈਂਡ ਕਰਨ ਨੂੰ ਪਤਾ ਲੱਗੇ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਹੋਵੇ। ਹਾਂ, ਦੋ ਤਿੰਨ ਟਰਾਲੀਆਂ ਹੋਰ ਸੁੱਟੀਆਂ ਪਈਆਂ ਨੇ, ਇਹ ਸਾਰੀਆਂ ਚੁਕਵਾ ਕੇ ਅਤੇ ਵਧੀਆ ਇੱਟ ਲਵਾਓ ਇੱਥੇ ਸਾਰੀ। ਹਾਂ, ਐਕਸ਼ਨ ਲਓ ਜਿਹੜੇ ਜਿਹੜੇ ਵਿੱਚ, ਐਵੇਂ ਨਾ ਗਲਤ ਕੰਮ ਬਿਲਕੁਲ ਨਹੀਂ ਕਰਨਾ ਆਪਾਂ। ਆਹ ਦੇਖੋ, ਘਟੀਆ ਕੁਆਲਿਟੀ ਦੇ ਨਾਲ ਬਣਾ ਰਹੇ ਸੀ ਸੜਕ, ਤਾਂ ਮੌਕੇ 'ਤੇ ਹੀ ਪਹੁੰਚ ਗਿਆ ਵਿਧਾਇਕ, ਜਿਸਨੇ ਕਿ ਜਾਂਦੇ ਸਾਰ ਹੀ ADC ਨੂੰ ਫੋਨ ਲਾ ਲਿਆ ਅਤੇ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਕਿ ਜਿਸ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਉਸ ਦੇ ਵਿੱਚੋਂ ਇੱਕ ਅੱਧੇ ਨੂੰ ਸਸਪੈਂਡ ਕੀਤਾ ਜਾਵੇ। ਜੀ ਹਾਂ, ਦੱਸ ਦਈਏ ਕਿ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ, ਜਿੱਥੇ ਕਿ ਵਿਧਾਇਕ ਨਰਿੰਦਰਪਾਲ ਸਿੰਘ ਸਮਨਾ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਪਿੰਡ ਦੇ ਵਿੱਚ ਸੜਕ ਦਾ ਕੰਮ ਚੱਲ ਰਿਹਾ, ਇੱਟਾਂ ਲਗਾਈਆਂ ਜਾ ਰਹੀਆਂ ਨੇ ਪਰ ਇੱਟਾਂ ਜੋ ਨੇ ਬੇਹੱਦ ਘਟੀਆ ਕੁਆਲਿਟੀ ਦੀਆਂ ਨੇ, ਹੱਥਾਂ ਦੇ ਨਾਲ ਹੀ ਇਹ ਇੱਟਾਂ ਟੁੱਟ ਜਾ ਰਹੀਆਂ ਨੇ। ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੇ ਵਿਧਾਇਕ ਨੇ ਜਦੋਂ ਇੱਟਾਂ ਦੀ ਜਾਂਚ ਕੀਤੀ ਤਾਂ ਉਸ ਦੇ ਵਿੱਚ ਪਾਇਆ ਕਿ ਇੱਟਾਂ ਜੋ ਨੇ ਬੇਹੱਦ ਹੀ ਘਟੀਆ ਕੁਆਲਿਟੀ ਦੀਆਂ ਨੇ। ਜਿਸ ਤੋਂ ਬਾਅਦ ਲੋਕਾਂ ਦੇ ਸਾਹਮਣੇ ਹੀ ADC ਨੂੰ ਫੋਨ ਲਾ ਲਿਆ ਅਤੇ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਕਿ ਆਖਰ ਜਿਸ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਉਸ ਦੇ ਵਿੱਚੋਂ ਇੱਕ ਅੱਧੇ ਨੂੰ ਸਸਪੈਂਡ ਕੀਤਾ ਜਾਵੇ ਤਾਂ ਜੋ ਸਾਰੇ ਬੰਦੇ ਬਣ ਸਕਣ ਅਤੇ ਵਧੀਆ ਕੁਆਲਿਟੀ ਦਾ ਮਾਲ ਲਗਾ ਸਕਣ। ਤਾਂ ਦੱਸ ਦਈਏ ਕਿ ਤਸਵੀਰਾਂ ਵੀ ਇਸ ਦੌਰਾਨ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਖੁਦ ਜ਼ਮੀਨ ਦੇ ਉੱਤੇ ਬੈਠ ਕੇ ਜੋ ਲੱਗੀਆਂ ਹੋਈਆਂ ਇੱਟਾਂ ਨੇ ਉਹਨਾਂ ਨੂੰ ਪੱਟ ਰਹੇ ਨੇ ਅਤੇ ਉਸਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਇੱਟਾਂ ਮਜ਼ਬੂਤ ਹੈ ਵੀ ਜਾਂ ਫਿਰ ਨਹੀਂ। ਅੱਜ ਅਸੀਂ ਆਏ ਸੀਗੇ ਪਿੰਡ ਕਾਵਾਂ ਵਾਲੀ ਔਰ ਲੋਕਾਂ ਨੂੰ ਮਿਲੇ ਹਾਂ, ਔਰ ਮੈਨੂੰ ਲੋਕਾਂ ਨੇ ਦੱਸਿਆ ਜੋ ਅਸੀਂ ਪਿੱਛੇ ਸੜਕਾਂ ਪਾਸ ਕਰਵਾਈਆਂ ਨੇ ਖੜਵੰਜੇ ਵਾਲੀਆਂ ਇੱਟਾਂ ਵਾਲੀਆਂ, ਜਿਹੜੀਆਂ ਲੋਕ ਢਾਣੀਆਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀਆਂ ਢਾਣੀਆਂ ਬਣਾ ਕੇ ਘਰ ਬਣਾ ਕੇ ਰਹਿੰਦੇ ਨੇ, ਉਹਨਾਂ ਦੀ ਜਿਹੜੀ ਅਸੀਂ ਹਰ ਹਲਕੇ ਦੇ ਹਰ ਪਿੰਡ ਦੇ ਵਿੱਚ ਖੜਵੰਜੇ ਲਗਾਉਣ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਹੋਇਆ। ਇਸੇ ਤਹਿਤ ਅੱਜ ਕਾਵਾਂ ਵਾਲੀ ਦੇ ਵਿੱਚ ਵੀ ਪਹੁੰਚੇ ਹਾਂ, ਜਿੱਥੇ ਅਸੀਂ ਇੱਕ ਢਾਣੀ ਮਨਜੀਤ ਸਿੰਘ ਮਹਿੰਦਰ ਸਿੰਘ ਹੈ ਇਹਨਾਂ ਦਾ ਜਿਹੜਾ ਘਰ ਨੂੰ ਰਸਤਾ ਜਾਂਦਾ, ਉੱਥੇ ਅਸੀਂ ਇੱਟਾਂ ਵਾਲੀ ਸੜਕ ਜਿਹੜੇ ਖੜਵੰਜਾ ਲਗਵਾ ਰਹੇ ਸੀ, ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਖੜਵੰਜਾ ਹੈ ਉਹ ਇੱਟ ਮਾੜੀ ਆਈ ਹੈ, ਮਾੜੀ ਲੱਗੀ ਹੈ, ਤਾਂ ਮੈਂ ਆਪ ਆ ਕੇ ਚੈੱਕ ਕੀਤਾ ਔਰ ਮੈਂ ADC D ਜਿਹੜੇ ਫਾਜ਼ਿਲਕਾ ਦੇ ਉਹਨਾਂ ਨੂੰ ਕਾਲ ਕੀਤੀ ਹੈ, ਜਿਹੜੇ ਵੀ ਅਫਸਰ ਦੀ ਇੱਥੇ ਡਿਊਟੀ ਹੈ ਚੈਕਿੰਗ ਦੀ, ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਇਹ ਠੇਕੇਦਾਰ ਕੋਈ ਕੰਟਰੈਕਟਰ ਹੈ ਇਹ ਗਲਤ ਕੰਮ ਕਰ ਰਿਹਾ ਹੈ ਉਹਦੇ 'ਤੇ ਵੀ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ ਔਰ ਇੱਕ ਮੈਸੇਜ ਦਿੱਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਇਹੋ ਜਿਹੀ ਗਲਤੀ ਨਾ ਕਰੇ। ਔਰ ਮੈਂ ਸਾਰੇ ਫਾਜ਼ਿਲਕਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ, ਕਿਤੇ ਵੀ ਕੋਈ ਮਾੜਾ ਕੰਮ ਹੁੰਦਾ ਹੈ ਤਾਂ ਸਾਡੀ ਨੌਲੇਜ ਦੇ ਵਿੱਚ ਲਿਆਇਆ ਜਾਵੇ, ਕਿਤੇ ਵੀ ਅਸੀਂ ਮਾੜਾ ਕੰਮ ਬਿਲਕੁਲ ਨਹੀਂ ਆਉਣ ਦੇਣਾ। ਇਹ ਲੋਕਾਂ ਦਾ ਪੈਸਾ, ਜੋ ਲੋਕਾਂ ਦੇ ਪਿੰਡਾਂ ਦੇ ਡਿਵੈਲਪਮੈਂਟ ਹੈ, ਕੰਮਕਾਰ ਨੇ ਡਿਵੈਲਪਮੈਂਟ ਦੇ, ਉਹਨਾਂ 'ਤੇ ਇਹ ਪੈਸਾ ਲੱਗਣਾ ਔਰ ਬਿਲਕੁਲ ਸਾਫ਼ ਸੁਥਰਾ ਕੰਮ ਹੈ ਜਿਹੜਾ ਮੇਰੇ ਹਲਕਾ ਫਾਜ਼ਿਲਕਾ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਔਰ ਅੱਗੇ ਵੀ ਕਰਵਾਵਾਂਗੇ। ਜੇ ਕੋਈ ਸਾਨੂੰ ਸ਼ਿਕਾਇਤ ਆਉਂਦੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਕੰਮ ਕਰਦਾ ਤਾਂ ਉਹਨੂੰ ਅਸੀਂ ਬਖਸ਼ਾਂਗੇ ਵੀ ਨਹੀਂ। ਮੈਂ ਲੋਕਾਂ ਨੂੰ ਫਿਰ ਅਪੀਲ ਕਰਦਾ, ਕਿਤੇ ਵੀ ਕੋਈ ਗਲਤ ਕੰਮ ਹੋ ਰਿਹਾ ਤਾਂ ਮੇਰੀ ਨੌਲੇਜ ਦੇ ਵਿੱਚ ਲਿਆਇਆ ਜਾਵੇ, ਆਪਾਂ ਕੰਮ ਬਿਲਕੁਲ ਸਹੀ ਕਰਵਾਉਣੇ ਨੇ।